ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹਾਂਜੀ, ਕਿਵੇਂ ਹੋ ਜੀ? ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਵੈਲਕਮ ਤੁਹਾਡਾ ਸਾਡੇ YouTube ਚੈਨਲ ਤੇ। ਤੇ ਅੱਜ ਅਸੀਂ ਚੱਲਦੇ ਹਾਂ ਜੀ ਸ਼ਹਿਰ। ਅੱਜ ਤਰੀਕ ਹੈਗੀ 12 ਜਨਵਰੀ। ਤੇ ਯਾਰ ਦੇਖਦੇ ਹਾਂ ਜਾ ਕੇ ਸ਼ਹਿਰ ਜਾ ਕੇ ਕਿ ਕਿੰਨੀਆਂ ਕੁ ਤਿਆਰੀਆਂ ਹੋ ਰਹੀਆਂ ਲੋਹੜੀ ਦੀਆਂ। ਤੇ ਯਾਰ ਡੋਰ ਲੈ ਕੇ ਆਉਣੀ, ਹੁਣ ਪਤਾ ਨਹੀਂ ਲੱਗਣਾ ਕਿਹੜੀ ਡੋਰ ਲੈ ਕੇ ਆਈਏ, ਕਿਉਂਕਿ ਚਾਈਨਾ ਡੋਰ ਬੰਦ ਹੋ ਗਈ ਬਿਲਕੁਲ, ਕਿਤੋਂ ਵੀ ਨਹੀਂ ਮਿਲਦੀ ਪਈ। ਤੇ ਆਪਾਂ ਸੋਚਦੇ ਪਏ ਹਾਂ ਉਹ ਪੁਰਾਣੇ ਹੁੰਦੇ ਨਹੀਂ ਰਹੇ ਪਿੰਨੇ, ਉਹ ਪਿੰਨੇ ਟਾਈਪ ਤੇ ਜਾਂ ਚਰੱਖਰੀ ਵਗੈਰਾ ਵੀ ਦੇਖਾਂਗੇ ਕੋਈ ਵਧੀਆ ਜੀ, ਜੇ ਕੋਈ ਮਿਲਦੀ ਆ ਤੇ। ਤੇ ਚਲੋ ਠੀਕ ਆ, ਹੁਣ ਚੱਲਦੇ ਆਪਾਂ ਸ਼ਹਿਰ। ਯਾਰ ਇੱਕ ਨਾ ਠੰਡ ਬਹੁਤ ਜ਼ਿਆਦਾ ਹੋ ਗਈ ਅੱਜ, ਘੱਟੋ ਘੱਟ ਵੀ 15-20 ਦਿਨ ਹੋ ਗਏ ਧੁੱਪ ਲੱਗੀ ਨੂੰ। ਔਰ ਤੁਸੀਂ ਮੇਰੇ ਵੱਲ ਵੇਖਣੀ ਡਿਓ ਮੈਂ ਕਿੱਦਾਂ ਸੁੰਗਣ ਡਿਆ, ਹੈ ਨਾ? ਤੇ ਚਲੋ ਠੀਕ ਆ, ਚੱਲਦੇ ਹਾਂ ਯਾਰ। ਠੰਡ ਬਹੁਤ ਜ਼ਿਆਦਾ ਵਾ ਅਤੇ ਜਾਣਾ ਵੀ ਭਰਾਵਾ ਮੋਪੜ 'ਤੇ ਆ, ਅਤੇ ਮੋਪੜ ਵੀ ਨਹੀਂ ਸਟਾਰਟ ਹੋਣੀ ਆਪਣੀ। ਅਤੇ ਚਲੋ ਠੀਕ ਆ, ਤੁਹਾਨੂੰ ਹੁਣ ਸ਼ਹਿਰ ਜਾ ਕੇ ਮਿਲਦੇ ਆ। ਉਹ ਯਾਰ ਚਲਾ ਵੀ ਯਾਰ, ਮੈਂ ਨਹੀਂ ਚਲਾਉਣੀ ਯਾਰ, ਚਲਾ ਯਾਰ ਮੰਨਿਆ ਕਰ, ਠੰਡ ਬੜੀ ਆ। ਤੂੰ ਤਾਂ ਢੱਕਿਆ ਢੁੱਕਿਆ ਪੂਰਾ ਜੈਟਾ ਜੂਟਾ, ਮੈਂ ਤਾਂ ਹਾਫ ਪਾਈ ਆ ਵੇ। ਚੱਲ ਚਲਾ ਯਾਰ, ਉਹ ਵੇਲਾ ਯਾਰ, ਚਲਾ ਯਾਰ ਵੇਲਾ, ਫਿਰ ਆਹ ਗੱਲ ਨਾ ਕਰ ਯਾਰ ਯਾਰ, ਠੰਡ ਅੱਗੇ ਬੜੀ ਯਾਰ, ਚਲਾ ਲੈ ਯਾਰ ਵੇਲਾ, ਤੂੰ ਚਲਾ ਯਾਰ। ਉਹ ਠੰਡ ਬੜੀ ਲੱਗਣ ਦੇ ਮੈਨੂੰ, ਉਹ ਯਾਰ ਚਲਾ, ਤੈਨੂੰ ਕਹਿਣ ਡਿਆ ਨਾ ਯਾਰ, ਚਲਾ ਯਾਰ ਮੇਰਾ ਭਰਾ। ਉਹ ਮੈਂ ਨਹੀਂ ਚਲਾਉਣੀ ਭਰਾਵਾ, ਉਹ ਨਹੀਂ ਮੈਂ ਨਹੀਂ ਚਲਾਉਣੀ ਭਰਾਵਾ, ਮੈਂ ਲੈ ਵੀ ਆ ਗਏ ਹਾਂ ਪਤੰਗਾਂ ਵਾਲੀ ਦੁਕਾਨ ਤੇ। ਹੁਣ ਵੇਹਨੇ ਆ ਕਿਹੜੀ ਕਿਹੜੀ ਪਤੰਗ ਹਰਮਨ ਲਿਆਂਦਾ। ਹਰਮਨ ਆ ਲਿਸ਼ਕਣੀਆਂ ਜੀ ਵੇਖ ਲਾ, ਇੱਧਰ ਵੀ ਹੈਗੀ। ਕਿਹੜੀ ਲੈਣੀ? ਮੋਮੀ ਮੋਮੀ ਗੁੱਡੀ ਆ ਮੋਮੀ, ਇਹ ਭਰੀਆਂ ਪੰਜਾਂ ਪੰਜਾਂ ਦੀ ਹੋਣੀ ਆ। ਯਾਰ ਇਹ ਵੀ ਸੋਹਣੀ, ਸੱਤ ਰੰਗੀ। ਇਹ ਕਿਹੜੀ ਆ? ਹਰਮਨ ਆ ਵੇ, ਹਾਂ ਹਰਮਨ ਆਵਲੀ। ਸਭ ਤੋਂ ਵੱਡਾ ਕੀ ਪਤੰਗਾ ਕਹਿੰਦੇ ਇਹਨੂੰ? ਗੱਲ ਏਦਾਂ ਯਾਰ, ਪਸੰਦ ਨਹੀਂ ਆਈ ਡੋਰ ਯਾਰ, ਪਸੰਦ ਨਹੀਂ ਆਈ ਯਾਰ, ਫਾਇਦਾ ਨਹੀਂ ਹੁੰਦਾ ਉਹ ਡੋਰ ਦਾ, ਫਾਇਦਾ ਨਹੀਂ ਹੈ। ਪਿੰਨੇ ਪੁੰਨੇ ਵਾਲੀ ਦੇਖਦੇ ਹਾਂ, ਕੋਈ ਹੈ ਨਹੀਂ ਵਧੀਆ ਲੱਗੀ ਯਾਰ ਡੋਰ। ਚੱਲ ਚੱਲਦੇ ਯਾਰ, ਹੋਰ ਕਿਤੇ ਦੇਖਦੇ ਹਾਂ। ਲੈ ਹਰਮਨ ਤੈਨੂੰ ਆਹ ਦਵਾ ਦੇਣੀ ਹੁਣ ਡੋਰ ਤੇ ਚਰੱਖੜੀ, ਆਹ ਤੈਨੂੰ ਦਵਾ ਦੇਣੀ ਆ। ਰਹਿਮਾਨ ਲਈ ਵੀ ਲੈ ਲਈਏ, ਕੁਝ ਲੈ ਲਈ ਹਰ ਇੱਕ, ਹੈ ਨਾ? ਅੱਲਾ ਅੱਲਾ ਮੇਰੇ ਵੱਲ ਗਿਫਟ ਮਦਾਲੀ ਆ ਗਏ, ਸੋਹਣੇ ਲੱਗਣ ਡਿਆ ਨਾ। ਪੇਟ ਪਾ ਲਓ ਬਰੀਕ ਆ, ਸਹੀ ਆ, ਹੈ ਨਾ? ਉਹਨੂੰ ਪੁੱਛ ਲੈ ਇੱਕ ਵਾਰੀ, ਕਹਿ ਫਿਰ ਲੈ ਆਈਏ, ਕਈਆਂ ਨੇ ਲਿਆਂਦੇ ਵੀ ਹੋਣੇ ਆ। ਗੁਰਦਾਸ ਮਾਨ ਵਾਲੀ ਵੀ ਹੈਗੀ ਉਹ, ਆਈ ਲਵ ਮੋਟੋ। ਆਹ ਗਲੀ ਜਾਣਾ ਜੀ ਆਪਾਂ, ਉਹ ਵਾਲੀ ਗਲੀ ਆ ਜਾਣ ਦੇ, ਇੱਧਰ ਭਾਅ ਫੁੱਲੇ ਭੁੰਨਣ ਡਿਆ ਜੀ ਉਹ।
ਮੈਂ ਖਾਲਾ ਖਜੂਰਾਂ ਖਜਾਨਾ ਰਿਓੜੀਆਂ ਖਾਲਾ ਓਏ ਰਿਓੜੀਆਂ ਖਾਲਾ ਖਜੂਰਾਂ ਆਹ ਵੀ ਡੱਬਿਆਂ 'ਚ ਵੀ ਪੈਕ ਆਉਂਦੀ ਅੱਜ ਕੱਲ੍ਹ ਜਾਣਦੇ ਜਾਣਦੇ ਹੁਣ ਆਏ ਆਪਾਂ ਇਹ ਆ ਕਾਨੂੰਗੜ ਚੌਂਕ ਅਤੇ ਇੱਥੇ ਦੇਖਦੇ ਹਾਂ ਯਾਰ ਜੇ ਕੁਝ ਮਿਲਦਾ ਤੇ ਬਾਕੀ ਵਧੀਆ ਨਹੀਂ ਲੱਗੀ ਯਾਰ ਟੋਰ ਕੁਝ ਖਾਸ ਨਹੀਂ ਲੱਗੀ ਬਾਕੀ ਦੇਖਦੇ ਹਾਂ ਜੇ ਮਿਲਦੀ ਆ ਤੇ ਹਾਂਜੀ ਮਿੱਤਰੋ ਹੁਣ ਜਾਣ ਡੇ ਆ ਘਰ ਨੂੰ ਠੰਡ ਬਹੁਤ ਜ਼ਿਆਦਾ ਵਾ ਅਤੇ ਸ਼ੋਪਿੰਗ ਕਰ ਲਈ ਆਪਾਂ ਗਾਈਡ ਸ਼ੋਪਿੰਗ ਉਹ ਤੁਹਾਨੂੰ ਘਰ ਜਾ ਕੇ ਦਿਖਾਉਂਦੇ ਹਾਂ ਪੌੜੀਆਂ ਪਤੰਗਾਂ ਭਰਾਵਾ ਸਾਡੇ ਕੋਲ ਤੁਹਾਨੂੰ ਕੀ ਦੱਸੀ ਹੁਣ ਇੱਕ ਚਰਖਰੀ ਲਈ ਨਾ ਭਲਾ ਉਹ ਚਰਖਰੀ ਪ੍ਰਾਪਤੀ ਡੋਰ ਉਹ ਡੋਰ ਲਿਆਂਤੀ ਡੋਰ ਦਿਖਾ ਦਿਖਾ ਡੋਰ ਲਿਆਂਤੀ ਆ ਮੰਮਾ ਡਰਾਉਣ ਚੱਲਣ ਡੇ ਅੰਦਰ ਆ ਗਈ ਲੈ ਵੀ ਤੁਸੀਂ ਕਹਿੰਦੇ ਸੀ ਨਾ ਕਿ ਸਾਨੂੰ ਵਿਖਾਓ ਕਿਹੜੀ ਸ਼ੋਪਿੰਗ ਕਰਕੇ ਆਏ ਆਪਾਂ ਆਹ ਸ਼ੋਪਿੰਗ ਕੀਤੀ ਆ ਸ਼ੋਪਿੰਗ ਕਰਕੇ ਆਏ ਆਪਾਂ ਕਾਈਟ ਸ਼ੋਪਿੰਗ ਤੇ ਨਾਲ ਡੋਰ ਵੀ ਲਿਆਂਤੀ ਆ ਰਹਿਮਾਨ ਲਈ ਡੋਰ ਬਹੁਤ ਤਿੱਖੀ ਆ ਜੀ ਫੀਲਡਿੰਗ ਲੋਤੇ ਜੇ ਅੱਛਾ ਖੇਡੀ ਬੈਟ ਬੋਲ ਉਹ ਲੈ ਕੇ ਆਏ ਆਪਾਂ ਲੋਹੜੀ ਤੇ ਗਿਫਟ ਰਹਿਮਾਨ ਲਈ ਵਧੀਆ ਨਾ ਸੋਹਣਾ ਨਾ ਪਤੰਗ ਲੈ ਕੇ ਆਏ ਪਤੰਗ ਲੈ ਗਏ ਪਤੰਗ ਥੋੜਾ ਜਿਹਾ ਗੱਟੂ ਵੀ ਹੈਗਾ ਨਾ ਚਰਖਰੀ ਚਲੋ ਵਧੀਆ ਵਧੀਆ ਹਾਂ ਆ ਕਿੱਥੇ ਚੱਲੇ ਜੇ ਫੌਜੀਆਂ ਵਾਲੇ ਪਾ ਕੇ ਬਾ ਇੱਥੇ ਜੇ ਬਾਹਰ ਹੀ ਆ ਭਰਾ ਠੰਡੀ ਬੜੀ ਆ ਅੱਗ ਉੱਗ ਸਿੱਕਣ ਲੱਗੇ ਜੇ ਹਾਂਜੀ ਹਾਂਜੀ ਠੀਕ ਠੀਕ ਆ ਠੰਡੀ ਬੜੀ ਆ ਆ ਜਾ ਓਏ ਰਹਿਮਾਨ ਨੂੰ ਦੇਣ ਚੱਲੀਏ ਗਿਫਟ ਹਲੋ ਆਪਣਾ ਗਿਫਟ ਲੈ ਲਓ ਹਲੋ ਕਾਈਟ ਕਾਈਟ ਫੜੋ ਕਾਈਟ ਵੇਖ ਲਾ ਉਧਰ ਵੀ ਵੇ ਸੋਹਣਾ ਵਾ ਗਿਫਟ ਰਹਿਮਾਨ ਗਿਫਟ ਲੈ ਲਾ ਆਪਣਾ ਗਿਫਟ ਸੋਹਣੀ ਜੀ ਕਾਈਟ ਅਲ ਠੀਕ ਆ ਫਿਰ ਨਾ ਕਈ ਤੈਨੂੰ ਲੈ ਕੇ ਨਹੀਂ ਦਿੱਤੇ ਆ ਡੋਰ ਵੀ ਹੈਗੀ ਓ ਅਤੇ ਹਾਂਜੀ ਮਿੱਤਰੋ ਆਹ ਵਾਲਾ ਵਲੋਗ ਇੱਥੇ ਖਤਮ ਕਰਦੇ ਹਾਂ ਆਏ ਉਹ ਤੁਹਾਨੂੰ ਵਧੀਆ ਲੱਗਾ ਹੋਊਗਾ ਕਾਈਟ ਦੀ ਸ਼ੋਪਿੰਗ ਕਰਕੇ ਆਏ ਹਾਂ ਤੁਸੀਂ ਖੁਦ ਹੀ ਦੇਖ ਲਈ ਆ ਯਾਰ ਇੱਕੋ ਪਤੰਗ ਲੈਂਦੀ ਹੋ ਵੀ ਰਹਿਮਾਨ ਲਈ ਲੈ ਕੇ ਆਏ ਹਾਂ ਤੁਹਾਨੂੰ ਸੱਚ ਦੱਸਾਂ ਤਾਂ ਮੈਨੂੰ ਯਾਰ ਸ਼ੌਂਕ ਹੈ ਨਹੀਂ ਆ ਪਤੰਗਾ ਪਤੰਗਾ ਚੜ੍ਹਾਉਣ ਦਾ ਅਤੇ ਬਾਕੀ ਫਿਰ ਵੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਐਡਵਾਂਸ ਵਿੱਚ ਹੈਪੀ ਲੋਹੜੀ ਸਾਰਿਆਂ ਨੂੰ ਅਤੇ ਕੱਲ੍ਹ ਵੀ ਵਲੋਗ ਬਣਾਵਾਂਗੇ ਲੋਹੜੀ 'ਤੇ ਜੇ ਮੁੰਡੇ ਪਤੰਗਾ ਪਤੰਗਾ ਚੜ੍ਹਾਉਣਗੇ ਪਿੰਡ ਅਤੇ ਆਪਾਂ ਵੀ ਮਾੜਾ ਮੋਟਾ ਸ਼ਗਨ ਕਰ ਲਾਂਗੇ ਸੋ ਮਿਲਦੇ ਹਾਂ ਤੁਹਾਨੂੰ ਨਵੀਂ ਵੀਡੀਓ 'ਚ ਅਤੇ ਆਹ ਵਾਲਾ ਵਲੋਗ ਪੂਰਾ ਦੇਖਿਓ ਸ਼ੇਅਰ ਕਰਿਓ ਠੀਕ ਹੈ ਅਤੇ ਓਕੇ ਜੀ ਫਿਰ ਮਿਲਦੇ ਹਾਂ ਨਵੀਂ ਵੀਡੀਓ 'ਚ ਬਾਏ